ਅੱਛਾ ਇਹ ਲਓ ਜੀ, ਇਹ ਛੇਵਾਂ ਕਬੂਤਰ ਤਕਰੀਬਨ ਅੱਧਾ ਘੰਟਾ ਤਕਰੀਬਨ ਇਹ ਲੈ ਗਿਆ। ਇਹ ਦੇਖ ਛੇਵਾਂ ਕਬੂਤਰ ਆ ਮੇਰੇ ਮਰੀਜ਼ 'ਤੇ, ਅਤੇ ਤਕਰੀਬਨ ਅੱਧੇ ਘੰਟੇ ਬਾਅਦ ਜਾ ਕੇ ਜਿਹੜਾ ਵਾ ਨਾ ਇਹਨੇ ਪੂਰੇ ਅਸਰਾਤ ਖਿੱਚੇ ਆ। ਇਸਦਾ ਮਤਲਬ ਆ ਕਿ ਮਰੀਜ਼ ਦੀ ਤਕਰੀਬਨ ਜਿਹੜੀ ਮਰਜ਼ ਵਾ ਨਾ ਉਹ ਤਕਰੀਬਨ ਅੱਲਾਹ ਪਾਕ ਨੇ ਸ਼ਿਫਾ ਦੇ ਦਿੱਤੀ। ਐਵੇਂ 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 ਇਹ ਛੇਵਾਂ ਕਬੂਤਰ ਸੀ ਮੇਰੇ ਮਰੀਜ਼ ਦੇ ਉੱਪਰ, ਜਿਹਦੇ ਵਿੱਚ ਲੱਤਾਂ ਨੂੰ ਵੀ ਝਟਕੇ ਲੱਗੇ, ਸਿਰ ਨੂੰ ਵੀ ਝਟਕੇ ਲੱਗੇ, ਅਤੇ ਮਰੀਜ਼ ਦੇ ਬਕੋਲ ਵੀ ਮੇਰੀਆਂ ਲੱਤਾਂ ਦੇ ਵਿੱਚੋਂ ਜਾਨ ਨਿਕਲੀ ਜਾਣ ਲੱਗੀ। ਜਿਹੜਾ ਅਸਰ ਲੱਤਾਂ ਦੇ ਵਿੱਚ ਸੀਗਾ ਉਹ ਵੀ ਹੁਣ ਇਹਨੇ ਖਿੱਚ ਲਿਆ ਸਾਰਾ। ਹੁਣ ਜੀ ਇਸ ਤੋਂ ਇਲਾਵਾ ਕੋਈ ਹੋਰ ਮਹਿਸੂਸ ਕਰ ਰਹੇ ਹੋ ਕਿਤੇ ਕੋਈ ਮਸਲਾ? ਲੱਤਾਂ ਨੂੰ ਕੋਈ ਸਕੂਨ ਹੋਇਆ? ਪੈਰਾਂ ਦੀ ਕਹਿੰਦੇ ਜਾਨ ਨਿਕਲ ਰਹੀ ਹਾਲੇ, ਇਸਦਾ ਮਤਲਬ ਆ ਕਿ ਪੈਰਾਂ ਵਾਲੀ ਸਾਈਡ 'ਤੇ ਹਾਲੇ ਅਸਰਾਤ ਹੈ, ਬਗੈਰ ਉੱਪਰ ਜਿਸਮ ਦੇ ਅਸਰਾਤ ਸਹੀ ਹੋ ਗਏ, ਉੱਪਰਲੇ ਜਿਸਮ ਦੇ ਸਾਰੇ ਅਸਰਾਤ ਠੀਕ ਹੋ ਗਏ, ਸਿਰਫ ਹੁਣ ਪੈਰਾਂ ਵਾਲੇ ਪਾਸੇ ਜਿਹੜਾ ਨਾ ਮਸਲਾ ਰਹਿ ਗਿਆ। ਐਵੇਂ ਇਹ ਛੇਵਾਂ ਕਬੂਤਰ ਸੀਗਾ ਜਿਹੜਾ ਮਰ ਗਿਆ। ਐਵੇਂ